ਬਾਦਲ ਸਾਹਿਬ ਦੀ ਪੋਲੀਟਿਕਸ ਹੈ ਉਹ ਜਿੱਤ ਹਾਰ ਨਾਲ ਨਿਰਭਰ ਨਹੀਂ ਸੀ, ਨਾ ਕੋਈ ਮੁੱਖ ਮੰਤਰੀ ਮੇਰੇ ਨਾਲ ਨਿਰਭਰ ਸੀ। ਜਿਹੜਾ ਲੀਡਰ 16 ਸਾਲ ਜੇਲ੍ਹ ਜਾ ਸਕਦਾ ਹੈ, ਜੇ ਚਾਹੁੰਦੇ ਬਾਦਲ ਸਾਹਿਬ ਤਾਂ 16 ਸਾਲ ਜੇਲ੍ਹ ਦੀ ਬਜਾਏ ਉਹ ਮੁੱਖ ਮੰਤਰੀ ਰਹਿ ਸਕਦੇ ਸੀ, ਇਹ ਜਿਹੀ ਆਪਸ਼ਨ ਸੀ। ਉਹ ਸੈਲਫਲੈਸ ਲੀਡਰ ਹੈ, ਉਹਨਾਂ ਨੇ ਜੋ ਸੇਵਾ ਕੀਤੀ ਪੰਜਾਬ ਪ੍ਰਤੀ, ਮੈਨੂੰ ਲੱਗਦਾ ਅੱਜ ਦੀ ਜਨਰੇਸ਼ਨ ਨੇ, ਪਿਛਲੀਆਂ ਜਨਰੇਸ਼ਨਾਂ 'ਚ ਵੀ ਇਹੋ ਜਿਹਾ ਲੀਡਰ ਨੇ ਜਿਨ੍ਹਾਂ ਨੇ ਇਹੋ ਜਿਹੀ ਸੇਵਾ ਕੀਤੀ ਹੋਈ। ਸਰ, ਬਿਫੋਰ ਇਲੈਕਸ਼ਨ ਤੁਹਾਨੂੰ ਕੁਛ ਇਸ ਤਰ੍ਹਾਂ ਦੇ ਜਿੰਨੀਆਂ ਹੌਟ ਸੀਟਸ ਨੇ, ਤੁਸੀਂ ਬੜੇ ਰਿਸਪੋਂਸੀਬਲ ਆ, ਜਿਹੜਾ ਪਹਿਲਾਂ ਵੀ ਕੰਮ ਕੀਤਾ ਔਰ ਪਾਰਟੀ ਲੀਡ ਵੀ ਕੀਤਾ, ਕੁਛ ਇਸ ਤਰ੍ਹਾਂ ਦੇ ਇਨਪੁੱਟ ਤੁਹਾਨੂੂੰ ਪਹਿਲਾਂ ਨਹੀਂ ਲੱਗਿਆ ਕਿ ਹੌਟ ਸੀਟਸ ਦੇ ਉੱਪਰ ਵੀ ਕਿਤੇ ਨਾ ਕਿਤੇ ਰਿਜ਼ਲਟ ਨੈਗੇਟਿਵ ਆ ਸਕਦਾ ਸੀ? ਜਦੋਂ ਜੱਗ ਚੱਲ ਰਹੀ ਸੀ, ਕਿਸੇ ਨੂੰ ਇਹੋ ਜਿਹੇ ਰਿਜ਼ਲਟ ਦੀ ਤਾਂ ਕਿਸੇ ਨੂੰ ਉਮੀਦ ਨਹੀਂ ਸੀ, ਕਿਉਂਕਿ ਅਸੀਂ ਆਪਣੇ ਵਰਕਰਾਂ ਦਾ ਹੌਸਲਾ ਦੇਖਦੇ ਸੀ, ਆਪਣੇ ਵਰਕਰਾਂ ਦੀ ਮਿਹਨਤ ਦੇਖੀ ਹੈ, ਕਿਸੇ 'ਚ ਕੋਈ ਕਮੀ ਨਹੀਂ ਸੀ। ਤੁਹਾਨੂੰ ਉਦੋਂ ਸ਼ੱਕ ਆਉਂਦਾ ਜੇ ਮਿਹਨਤ ਆਪਣੇ ਵਰਕਰਾਂ ਨੂੰ ਪਤਾ ਲੱਗ ਜਾਵੇ ਮਿਹਨਤ ਨਹੀਂ ਕਰ ਰਹੇ, ਪਰ ਜੇ ਜਾਣ ਮਾਰ ਕੇ ਮਿਹਨਤ ਕਰ ਰਹੇ ਆ, ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ, ਤਾਂ ਉਹ ਤਾਂ ਬੈਡ ਲੱਕ ਹੈ, ਉਹ ਤਾਂ ਹੁੰਦਾ ਹੈ ਜ਼ਿੰਦਗੀ 'ਚ। ਜਿਹੜੇ ਤੁਸੀਂ ਦੇਖੋ, ਫੌਜ ਦਾ ਕੰਮ ਆ ਲੜਨਾ, ਅਤੇ ਖਾਲਸਾ ਪੰਥ ਨੇ ਤਾਂ ਸਦਾ ਲੜਾਈਆਂ ਲੜੀਆਂ, ਮੁਗਲਾਂ ਦੇ ਖਿਲਾਫ ਲੜਾਈ ਲੜਦੇ ਰਹੇ, ਹਾਰਦੇ ਵੀ ਰਹੇ, ਜਿੱਤਦੇ ਵੀ ਰਹੇ। ਇਹਦਾ ਮਤਲਬ ਨਹੀਂ ਹੈ ਕਿ ਹਾਰ ਗਏ ਅਤੇ ਅਸੀਂ ਘਰੇ ਬਹਿ ਗਏ, ਹਾਰਨ ਦਾ ਮਤਲਬ ਹੈ ਕਿ ਹੁਣ ਅਗਲੀ ਵਾਰ ਜਿੱਤਾਂਗੇ। ਬਾਦਲ ਸਾਹਿਬ, ਇੱਕ ਜਿੱਦਾਂ ਦੋਨਾਂ ਪਾਰਟੀਆਂ ਦੇ ਵਿੱਚ ਲੋਕਾਂ ਦਾ ਕੁਛ ਗੁੱਸਾ ਸੀ, ਉਹ ਜਲਦਬਾਜ਼ੀ 'ਚ ਲੋਕਾਂ ਨੇ ਕੋਈ ਫੈਸਲਾ ਬਦਲਾ ਨਹੀਂ, ਕੋਈ ਫੈਸਲਾ ਲਿਆ, ਕਿਤੇ ਨਾ ਕਿਤੇ ਲੋਕ ਲੱਗਦਾ ਨਹੀਂ ਉਹਨਾਂ ਸੁਣ ਕੇ ਫੈਸਲੇ ਲੈ ਕੇ ਪਛਤਾਉਣਗੇ? ਮੈਂ ਕਿਸੇ ਪਛਤਾਉਣ ਦੀ ਗੱਲ ਨਹੀਂ ਕਰਨਾ ਚਾਹੁੰਦਾ। ਦੇਖੋ, ਆਹ ਜਨਤਾ ਦਾ ਫੈਸਲਾ ਹੈ, ਰੱਬ ਦਾ ਫੈਸਲਾ ਹੈ, ਜੋ ਫੈਸਲਾ ਹੈ ਮੌਕਾ ਦਿੱਤਾ ਆਮ ਆਦਮੀ ਪਾਰਟੀ ਨੂੰ। ਮੈਨੂੰ ਪੂਰੀ ਆਸ ਹੈ ਕਿ ਜਿਸ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਗਿਆ, ਆਮ ਆਦਮੀ ਪਾਰਟੀ ਦੀ ਸਰਕਾਰ ਉਹ ਕੰਮ ਜ਼ਰੂਰ ਕਰੂਗੀ।